अज गल करांगे सिख कौम दे उस मानयोग इतिहास दी जिसनू सुनन तो बाद तुहाडा सिर मान नाल उच्चा हो जाऊगा। चलांगे उस समय विच जदों दिल्ली सल्तनत नू अपने कदमां ते झुका के सिंह दिल्ली दे बादशाह दे तख्त पुट के घसीटते हुए अमृतसर साहब लै गए सन। ये ओही दिल्ली सी जिथे कदी हिंद की चादर नौवें पातशाह धन धन श्री गुरु तेग बहादुर जी ने शहीद किया गया सी, जिथे बाबा बंदा सिंह जी बहादुर ने 740 सिंघां दे नाल तसीहे सहिंदे हुए शहीदियां पाईयां सन। ते अज उसे दिल्ली दी हिक लाल किले ते निशान साहब झूल रहा सी। सिख कौम दीयां सब तो मानयोग जित्तां चों इक होण दे बाद भी 90% सिख संगतां सिखां दे दिल्ली फतेह दे इतिहास नूं जाणदियां ही नहीं हन। सो अज यही इतिहास तुहाडे नाल सांझा करांगे ते इस तों बाद दिल्ली विच गुरु घरां दी उसारियां किवें होईयां उह वी इक बड़ा ही इंट्रस्टिंग इतिहास है, वह भी तुहाडे नाल सांझा करांगे। पर शुरू करन तों पहलां जे तुसीं इस चैनल ते नवें आए हो तां चैनल नूं सबसक्राइब करके बैल आइकन जरूर प्रेस कर दिओ ਤਾਂ ਜੋ ਕਿਤੇ ਸਾਡੀਆਂ ਅਣਗਹਿਲੀਆਂ ਕਰਕੇ ਸਾਡਾ ਮਾਣਯੋਗ ਸਿੱਖ ਇਤਿਹਾਸ ਸਮੇਂ ਦੀ ਰੇਤ ਵਿੱਚ ਦਫਨ ਹੋ ਕੇ ਨਾ ਰਹਿ ਜਾਵੇ। ਇਹ ਗੱਲ ਸ਼ੁਰੂ ਹੁੰਦੀ ਹੈ ਸੰਨ 1783 'ਚ ਜਦੋਂ ਸਿੱਖਾਂ ਦੀ ਤਾਕਤ ਪੂਰੇ ਜੋਬਨ 'ਤੇ ਸੀ ਅਤੇ ਉਹ ਮਿਸਲਾਂ ਦੇ ਰੂਪ ਵਿੱਚ ਰਾਜ ਵਧਾਉਂਦੇ ਹੋਏ ਕਰਨਾਲ ਤੱਕ ਪਹੁੰਚ ਗਏ ਸਨ। ਉੱਧਰੋਂ ਮੁਗਲੀਆ ਸਲਤਨਤ ਦੀ ਹਾਲਤ ਡਾਵਾਂਡੋਲ ਸੀ। ਔਰੰਗਜ਼ੇਬ ਤੋਂ ਬਾਅਦ ਅਗਲੇ 87 ਸਾਲਾਂ 'ਚ ਸ਼ਾਹ ਆਲਮ ਚੌਥਾ ਬਾਦਸ਼ਾਹ ਸੀ, ਪਰ ਉਹਦੇ ਹੱਥ 'ਚ ਵੀ ਕੋਈ ਬਾਹਲੀ ਜ਼ਿਆਦਾ ਪਾਵਰ ਨਹੀਂ ਸੀ। ਦਰਬਾਰੀ ਦੇ ਸੈਨਾਪਤੀ ਜੋ ਕਹਿੰਦੇ ਸਨ ਬਾਦਸ਼ਾਹ ਉਹੀ ਕਰਦਾ ਸੀ। ਮਰਹੱਟੇ ਅਤੇ ਅੰਗਰੇਜ਼ ਇਹ ਦੋਵੇਂ ਹੀ ਕਿਸੇ ਨਾ ਕਿਸੇ ਤਰ੍ਹਾਂ ਦਿੱਲੀ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ, ਕਿਉਂਕਿ ਇਹ ਦੋਵੇਂ ਜਾਣ ਚੁੱਕੇ ਸਨ ਕਿ ਮੁਗਲ ਰਾਜ ਕਮਜ਼ੋਰ ਹੋ ਚੁੱਕਿਆ ਹੈ। ਦਿੱਲੀ ਜਿੱਤਣ ਦਾ ਇਹ ਸੁਨਹਿਰਾ ਮੌਕਾ ਹੈ, ਇਸ ਲਈ ਫਿਰ ਸੰਨ 1783 ਨੂੰ ਮਰਹੱਟਿਆਂ ਨੇ ਦਿੱਲੀ 'ਤੇ ਹਮਲਾ ਕਰਕੇ ਲਾਲ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਅਤੇ ਜਦੋਂ ਇਸ ਗੱਲ ਦਾ ਪਤਾ ਅੰਗਰੇਜ਼ ਜਨਰਲ ਐਕਟਰ ਲੋਨੀ ਨੂੰ ਲੱਗਿਆ ਤਾਂ ਉਹ ਵੀ ਇੱਕ ਭਾਰੀ ਲਾਮ ਲਸ਼ਕਰ ਲੈ ਕੇ ਦਿੱਲੀ ਵੱਲ ਨੂੰ ਤੁਰ ਪਿਆ, ਕਿਉਂਕਿ ਉਹ ਜਾਣਦੇ ਸਨ ਕਿ ਮਰਹੱਟੇ ਕਿੰਨੇ ਕੁ ਪਾਣੀ 'ਚ ਹਨ ਅਤੇ ਉਹਨਾਂ ਨੂੰ ਆਸਾਨੀ ਨਾਲ ਹਰਾਇਆ ਜਾ ਸਕਦਾ ਹੈ। ਜਦੋਂ ਮਰਹੱਟਿਆਂ ਨੂੰ ਅੰਗਰੇਜ਼ਾਂ ਦੇ ਇੱਕ ਵੱਡੀ ਫੌਜ ਲੈ ਕੇ ਚੜ੍ਹਾਈ ਕਰਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਡਰਦੇ ਲਾਲ ਕਿਲ੍ਹਾ ਛੱਡ ਕੇ ਉੱਥੋਂ ਭੱਜ ਗਏ। ਤਦ ਸ਼ਾਹ ਆਲਮ ਨੇ ਸੋਚਿਆ ਕਿ ਹੁਣ ਮਰਹੱਟੇ ਤਾਂ ਇੱਥੋਂ ਚਲੇ ਗਏ ਹਨ ਅਤੇ ਜੇ ਅੰਗਰੇਜ਼ਾਂ ਨੇ ਆ ਕੇ ਕਬਜ਼ਾ ਕਰ ਲਿਆ ਤਾਂ ਗੱਲ ਤਾਂ ਉਹਦੀ ਉਹ ਹੀ ਰਹੇਗੀ। ਹੁਣ ਮੈਨੂੰ ਬਚਣ ਦਾ ਇੱਕ ਮੌਕਾ ਮਿਲਿਆ ਹੈ, ਮੈਨੂੰ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ। ਤਦ ਵਜ਼ੀਰਾਂ ਨੇ ਕਿਹਾ ਕਿ ਹੁਣ ਤਾਂ ਬਚਣ ਦਾ ਸਿਰਫ ਇੱਕੋ ਹੀ ਤਰੀਕਾ ਹੈ ਕਿ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਜੀ ਨੂੰ ਮਦਦ ਦੀ ਗੁਹਾਰ ਲਗਾਈ ਜਾਵੇ। ਇਸ ਲਈ ਫਿਰ ਬਾਦਸ਼ਾਹ ਸ਼ਾਹ ਆਲਮ ਨੇ ਆਪਣੇ ਦਰਬਾਰ ਦੇ 3 ਮੁੱਖ ਸਲਾਹਕਾਰਾਂ ਨੂੰ ਭੇਜ ਕੇ ਸਰਦਾਰ ਬਘੇਲ ਸਿੰਘ ਜੀ ਨੂੰ ਉਹਨਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ। ਲੋੜ ਪੈਣ 'ਤੇ ਹਰ ਕਿਸੇ ਦੀ ਮਦਦ ਕਰਨਾ, ਇਹ ਸਿਧਾਂਤ ਤਾਂ ਦਸਮ ਪਿਤਾ ਨੇ ਸਿੱਖਾਂ ਨੂੰ ਗੁੜਤੀ ਵਿੱਚ ਦਿੱਤਾ ਹੋਇਆ ਹੈ। ਇਸ ਲਈ ਸਰਦਾਰ ਬਘੇਲ ਸਿੰਘ ਜੀ ਨੇ ਪਿਛਲੇ ਮੁਗਲ ਸ਼ਾਸਕਾਂ ਦੇ ਕੀਤੇ ਸਾਰੇ ਜ਼ੁਲਮਾਂ ਨੂੰ ਭੁਲਾ ਕੇ ਸ਼ਾਹ ਆਲਮ ਦੀ ਮਦਦ ਕਰਨ ਦਾ ਫੈਸਲਾ ਕੀਤਾ। ਪਰ ਸਰਦਾਰ ਬਘੇਲ ਸਿੰਘ ਜੀ ਕੌਣ ਸਨ? ਪੂਰੇ ਭਾਰਤ 'ਤੇ ਰਾਜ ਕਰਨ ਵਾਲੇ ਮੁਗਲ ਬਾਦਸ਼ਾਹ ਨੇ ਦੇਸ਼ ਦੇ ਸੈਂਕੜੇ ਰਾਜਿਆਂ ਅਤੇ ਜਰਨੈਲਾਂ ਨੂੰ ਛੱਡ ਕੇ ਆਖਰ ਇਹਨਾਂ ਨੂੰ ਹੀ ਮਦਦ ਦੇ ਲਈ ਕਿਉਂ ਚੁਣਿਆ? ਆਓ ਪਹਿਲਾਂ ਇਹ ਜਾਣੀਏ। ਸਰਦਾਰ ਬਘੇਲ ਸਿੰਘ ਜੀ ਦਾ ਜਨਮ ਤਰਨ ਤਾਰਨ ਜ਼ਿਲ੍ਹੇ ਦੇ ਚੰਬਾਲ ਪਿੰਡ ਦੇ ਧਾਲੀਵਾਲ ਜੱਟ ਪਰਿਵਾਰ ਵਿੱਚ ਹੋਇਆ ਸੀ। ਛੋਟੀ ਉਮਰ ਤੋਂ ਹੀ ਉਹ ਘਰ ਬਾਰ ਛੱਡ ਕੇ ਪੰਥ ਦੀ ਸੇਵਾ ਲਈ ਦਲ ਖਾਲਸਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਜਦੋਂ ਕਰੋੜਾ ਸਿੰਘ ਮਿਸਲ ਦੇ ਮੁਖੀ ਸਰਦਾਰ ਕਰੋੜਾ ਸਿੰਘ ਜੀ ਇੱਕ ਲੜਾਈ ਵਿੱਚ ਅਕਾਲ ਚਲਾਣਾ ਕਰ ਗਏ ਤਾਂ ਸਰਦਾਰ ਬਘੇਲ ਸਿੰਘ ਜੀ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਨੂੰ ਕਰੋੜਾ ਸਿੰਘ ਮਿਸਲ ਦੀ ਕਮਾਨ ਸੌਂਪੀ ਗਈ। ਹੌਲੀ ਹੌਲੀ ਸਰਦਾਰ ਬਘੇਲ ਸਿੰਘ ਨੇ ਉੱਤਰ ਭਾਰਤ ਦੇ ਇੱਕ ਵੱਡੇ ਹਿੱਸੇ 'ਤੇ ਆਪਣੀ ਧੱਕ ਕਾਇਮ ਕਰ ਲਈ। ਜਲੰਧਰ ਤੋਂ ਲੈ ਕੇ ਗੰਗਾ, ਯਮੁਨਾ ਅਤੇ ਕਰਨਾਲ ਤੱਕ ਉਹਨਾਂ ਦੇ ਘੋੜਿਆਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਕਰੋੜਾ ਸਿੰਘ ਮਿਸਲ ਦੇ 12,000 ਘੋੜਸਵਾਰ ਹਰ ਸਮੇਂ ਉਹਨਾਂ ਦੇ ਨਾਲ ਰਹਿੰਦੇ ਸਨ। ਕੀ ਮੁਗਲ, ਕੀ ਮਰਾਠੇ ਅਤੇ ਕੀ ਅੰਗਰੇਜ਼, ਹਰ ਵੱਡਾ ਜਰਨੈਲ ਉਹਨਾਂ ਦੇ ਨਾਮ ਤੋਂ ਥਰ ਥਰ ਕੰਬਦਾ ਸੀ। ਸਰਦਾਰ ਬਘੇਲ ਸਿੰਘ ਜੀ ਨੇ ਆਪਣੀ ਕਥਨੀ ਨੂੰ ਪੂਰਾ ਕਰਦੇ ਹੋਏ ਇੱਕ ਵੱਡੀ ਫੌਜ ਅਤੇ ਲਾਮ ਲਸ਼ਕਰ ਲੈ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਸਰਦਾਰ ਬਘੇਲ ਸਿੰਘ ਜੀ ਦਾ ਖੌਫ ਇੰਨਾ ਸੀ ਕਿ ਜਦੋਂ ਅੰਗਰੇਜ਼ ਜਰਨਲ ਨੂੰ ਉਹਨਾਂ ਦੇ ਆਉਣ ਦੀ ਖਬਰ ਮਿਲੀ ਤਾਂ ਉਹਨਾਂ ਦੀ ਅੱਗੇ ਵਧਣ ਦੀ ਹਿੰਮਤ ਹੀ ਨਹੀਂ ਹੋਈ ਅਤੇ ਉਹ ਅੱਧੇ ਰਾਹ ਤੋਂ ਹੀ ਵਾਪਸ ਮੁੜ ਗਏ। ਅਤੇ ਜਦੋਂ ਸ਼ਾਹ ਆਲਮ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਹੁਣ ਮਰਹੱਟੇ ਅਤੇ ਅੰਗਰੇਜ਼ ਦੋਵਾਂ ਦਾ ਖਤਰਾ ਟਲ ਗਿਆ ਹੈ ਤਾਂ ਉਸਦੀ ਨੀਅਤ ਬੇਈਮਾਨ ਹੋ ਗਈ। ਉਸਨੇ ਸੋਚਿਆ ਕਿ ਕਿਤੇ ਹੁਣ ਸਿੱਖ ਆ ਕੇ ਮੇਰੇ ਰਾਜ 'ਤੇ ਕਬਜ਼ਾ ਨਾ ਕਰ ਲੈਣ, ਇਸ ਲਈ ਉਸਨੇ ਦਿੱਲੀ ਵੱਲ ਵੱਧ ਰਹੇ ਸਰਦਾਰ ਬਘੇਲ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਹੁਣ ਤੁਹਾਡੀ ਲੋੜ ਨਹੀਂ ਹੈ, ਤੁਸੀਂ ਇੱਥੋਂ ਹੀ ਵਾਪਸ ਮੁੜ ਜਾਓ। ਸਰਦਾਰ ਬਘੇਲ ਸਿੰਘ ਜੀ ਨੂੰ ਇਹ ਗੱਲ ਬੜੀ ਹੀ ਗਲਤ ਲੱਗੀ ਕਿ ਤੁਹਾਡੇ ਸੁਨੇਹੇ 'ਤੇ ਹੀ ਮੈਂ ਆਪਣਾ ਸਾਰਾ ਲਾਮ ਲਸ਼ਕਰ ਲੈ ਕੇ ਦਿੱਲੀ ਆ ਰਿਹਾ ਸੀ ਅਤੇ ਹੁਣ ਆਪਣਾ ਕੰਮ ਨਿਕਲਦੇ ਸਾਰ ਹੀ ਤੁਸੀਂ ਇੰਨੀ ਛੇਤੀ ਰੰਗ ਬਦਲ ਲਿਆ, ਮੇਰੀ ਇੰਨੀ ਵੱਡੀ ਫੌਜ ਦਾ ਇੰਨੇ ਦਿਨ ਦਾ ਖਰਚ ਕੌਣ ਦੇਊਗਾ? ਤੁਸੀਂ ਇਸ ਫੌਜ ਦਾ ਖਰਚ ਦੇ ਦਿਓ, ਅਸੀਂ ਵਾਪਸ ਮੁੜ ਜਾਂਦੇ ਹਾਂ। ਪਰ ਸ਼ਾਹ ਆਲਮ ਨੇ ਇਸ ਗੱਲ ਨੂੰ ਬਿਲਕੁਲ ਹੀ ਅਣਗਹਿਲਾ ਕਰਤਾ। ਸਿੱਖ ਦਿੱਲੀ ਵੱਲ ਵੱਧਦੇ ਰਹੇ। ਦਿੱਲੀ ਦੇ ਬਾਹਰ ਪਹੁੰਚ ਕੇ ਸਰਦਾਰ ਬਘੇਲ ਸਿੰਘ ਜੀ ਨੇ ਇੱਕ ਵਾਰ ਫਿਰ ਸੁਨੇਹਾ ਭੇਜਿਆ ਕਿ ਇਸ ਤਰ੍ਹਾਂ ਜਾਨਾਂ ਗਵਾਉਣ ਦਾ ਕੋਈ ਫਾਇਦਾ ਨਹੀਂ, ਤੂੰ ਹਜੇ ਵੀ ਸਾਡਾ ਖਰਚਾ ਸਾਨੂੰ ਦੇ ਦੇ, ਅਸੀਂ ਮੁੜ ਜਾਂਦੇ ਹਾਂ, ਨਹੀਂ ਤਾਂ ਫਿਰ ਸਾਨੂੰ ਮਜਬੂਰਨ ਹਮਲਾ ਕਰਨਾ ਹੀ ਪਊਗਾ। ਉਹਨਾਂ ਸਮਿਆਂ 'ਤੇ ਹਰ ਵੱਡੇ ਸ਼ਹਿਰ ਦੇ ਬਾਹਰ ਉੱਚੀਆਂ ਉੱਚੀਆਂ ਕੰਧਾਂ ਹੁੰਦੀਆਂ ਸਨ। ਮੂਰਖ ਸ਼ਾਹ ਆਲਮ ਨੇ ਖਰਚਾ ਦੇਣ ਦੀ ਥਾਂ ਸ਼ਹਿਰ ਦੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ
ਅਤੇ ਸ਼ਹਿਰ ਦੀਆਂ ਕੰਧਾਂ 'ਤੇ ਸਿਪਾਹੀ ਤੈਨਾਤ ਕਰ ਦਿੱਤੇ ਤਾਂ ਜੋ ਸਿੱਖ ਦਿੱਲੀ ਦੇ ਅੰਦਰ ਐਂਟਰ ਨਾ ਹੋ ਸਕਣ। ਕਰਨਾਲ ਤੋਂ ਤੁਰਨ ਲੱਗਿਆਂ ਸਰਦਾਰ ਬਘੇਲ ਸਿੰਘ ਜੀ ਨੇ ਸਰਦਾਰ ਜੱਸਾ ਸਿੰਘ ਅਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਵੀ ਦਿੱਲੀ ਪਹੁੰਚਣ ਲਈ ਸੁਨੇਹੇ ਭੇਜੇ ਸਨ ਅਤੇ ਹੁਣ ਉਹ ਦੋਵੇਂ ਵੀ ਆਪਣੀਆਂ ਫੌਜਾਂ ਲੈ ਕੇ ਆ ਕੇ ਸਰਦਾਰ ਬਘੇਲ ਸਿੰਘ ਨਾਲ ਰਲ ਗਏ ਸਨ। ਜੱਸਾ ਸਿੰਘ ਅਲੂਵਾਲੀਆ ਨੇ ਕਿਹਾ ਕਿ ਜੇ ਸ਼ਾਹ ਆਲਮ ਨੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਤਾਂ ਕੋਈ ਗੱਲ ਨਹੀਂ, ਸਿੱਖ ਆਪਣਾ ਰਾਹ ਆਪ ਬਣਾਉਣਾ ਵੀ ਜਾਣਦੇ ਹਨ। ਇੱਕ ਵੱਡਾ ਦਰਖਤ ਕਟਵਾਇਆ ਗਿਆ, ਉਸ ਦਾ ਤਣਾ ਅੱਗੋਂ ਪੈਨਸਲ ਵਾਂਗੂ ਤਿੱਖਾ ਕਰਕੇ ਸਿੱਖਾਂ ਨੇ ਉਸ ਨਾਲ ਸ਼ਹਿਰ ਦੀ ਕੰਧ 'ਤੇ ਚੋਟ ਕਰਨੀ ਸ਼ੁਰੂ ਕੀਤੀ। ਕੁਝ ਘੰਟਿਆਂ ਦੀ ਮਿਹਨਤ ਹੀ ਰੰਗ ਲਿਆਈ ਅਤੇ ਸ਼ਹਿਰ ਦੀ ਕੰਧ ਵਿੱਚ ਇੱਕ ਮੋਰੀ ਕੱਢ ਦਿੱਤੀ ਗਈ ਜਿਸ ਵਿੱਚੋਂ ਐਂਟਰ ਹੋ ਕੇ ਸਾਰੀ 30,000 ਦੀ ਫੌਜ ਅੰਦਰ ਇੱਕ ਮੈਦਾਨ ਵਿੱਚ ਇਕੱਠੀ ਹੋ ਗਈ। ਇਸ ਮੈਦਾਨ ਨੂੰ ਬਾਅਦ ਵਿੱਚ 30,000 ਮੈਦਾਨ ਨਾਮ ਦਿੱਤਾ ਗਿਆ, ਜਿੱਥੇ ਅੱਜ 30,000 ਕੋਰਟ ਬਣਿਆ ਹੋਇਆ ਹੈ ਅਤੇ ਜਿਹੜੀ ਮੋਰੀ ਰਾਹੀਂ ਸਿੰਘ ਅੰਦਰ ਐਂਟਰ ਹੋਏ ਸਨ। ਬਾਅਦ ਵਿੱਚ ਸਿੰਘਾਂ ਨੇ ਉਹ ਮੋਰੀ ਬੰਦ ਨਹੀਂ ਹੋਣ ਦਿੱਤੀ ਅਤੇ ਉੱਥੇ ਇੱਕ ਸ਼ਾਨਦਾਰ ਗੇਟ ਦੀ ਉਸਾਰੀ ਕਰਵਾਈ ਜਿਸ ਨੂੰ ਅੱਜ ਦਿੱਲੀ ਦਾ ਮੋਰੀ ਗੇਟ ਕਿਹਾ ਜਾਂਦਾ ਹੈ। ਭਾਵੇਂ ਖਾਲਸੇ ਫੌਜ ਦੀ ਗਿਣਤੀ 30,000 ਹੀ ਸੀ, ਫਿਰ ਵੀ ਮੁਗਲਾਂ ਨੇ ਕੁਝ ਛੋਟੀਆਂ ਮੋਟੀਆਂ ਝੜਪਾਂ ਤੋਂ ਬਾਅਦ ਹੀ ਹੱਥ ਖੜ੍ਹੇ ਕਰ ਦਿੱਤੇ, ਪਰ ਸ਼ਾਹ ਆਲਮ ਨੂੰ ਫੜਿਆ ਨਾ ਜਾ ਸਕਿਆ। ਉਹ ਇੱਕ ਚੋਰ ਰਸਤੇ ਰਾਹੀਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਹ ਆਪ ਤਾਂ ਭੱਜ ਗਿਆ ਪਰ ਉਸਦੀਆਂ ਬੇਗਮਾਂ ਅਤੇ ਬੱਚੇ ਹਜੇ ਵੀ ਕਿਲੇ ਵਿੱਚ ਹੀ ਸਨ। ਪਰ ਸਰਦਾਰ ਬਘੇਲ ਸਿੰਘ ਨੇ ਸਿੱਖਾਂ ਨੂੰ ਸਖ਼ਤ ਹਿਦਾਇਤ ਦਿੱਤੀ ਕਿ ਕਿਸੇ ਵੀ ਬੀਬੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਦਤਮੀਜੀ ਨਾ ਕੀਤੀ ਜਾਵੇ। ਸਿੱਖਾਂ ਦੇ ਆਉਣ ਨਾਲ ਦਿੱਲੀ ਦੀ ਆਮ ਜਨਤਾ ਨੇ ਵੀ ਸੁੱਖ ਦਾ ਸਾਹ ਲਿਆ ਸੀ, ਕਿਉਂਕਿ ਮਰਾਠਿਆਂ ਨੇ ਤਾਂ ਆਉਂਦੇ ਹੀ ਆਮ ਜਨਤਾ ਨਾਲ ਲੁੱਟ ਖੋਹ ਸ਼ੁਰੂ ਕਰ ਦਿੱਤੀ ਸੀ ਅਤੇ ਸ਼ਾਹ ਆਲਮ ਦੇ ਰਾਜ ਵਿੱਚ ਵੀ ਗੈਰ ਮੁਸਲਿਮ ਜਨਤਾ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਸੀ। ਪਰ ਸਿੱਖਾਂ ਦੇ ਰਾਜ ਵਿੱਚ ਸਾਰੇ ਸਮਾਨਤਾ ਅਤੇ ਸੁੱਖ ਸ਼ਾਂਤੀ ਨਾਲ ਰਹਿ ਸਕਦੇ ਸਨ। ਹੁਣ ਵਾਰੀ ਸੀ ਦਿੱਲੀ ਦਾ ਬਾਦਸ਼ਾਹ ਚੁਣਨ ਦੀ। ਲਾਹੌਰ ਦੇ ਜਿੱਤ ਤੋਂ ਬਾਅਦ ਸਰਦਾਰ ਜੱਸਾ ਸਿੰਘ ਅਲੂਵਾਲੀਆ ਨੂੰ ਸਿੱਖ ਕੌਮ ਨੇ ਸੁਲਤਾਨ ਉਲ ਕੌਮ ਦੇ ਮਾਣ ਨਾਲ ਨਵਾਜਿਆ ਸੀ। ਇਸ ਲਈ ਸਰਦਾਰ ਬਘੇਲ ਸਿੰਘ ਜੀ ਚਾਹੁੰਦੇ ਸਨ ਕਿ ਦਿੱਲੀ ਦਾ ਬਾਦਸ਼ਾਹ ਸਰਦਾਰ ਜੱਸਾ ਸਿੰਘ ਅਲੂਵਾਲੀਆ ਨੂੰ ਹੀ ਬਣਾਇਆ ਜਾਵੇ। ਪਰ ਇਸ ਗੱਲ 'ਤੇ ਜੱਸਾ ਸਿੰਘ ਰਾਮਗੜੀਆ ਸਹਿਮਤ ਨਹੀਂ ਸਨ। ਉਹਨਾਂ ਦਾ ਮੰਨਣਾ ਸੀ ਕਿ ਖਾਲਸੇ ਦੇ ਰਾਜ ਵਿੱਚ ਕੋਈ ਮਨੁੱਖ ਤਖ਼ਤ 'ਤੇ ਕਿਵੇਂ ਬੈਠ ਸਕਦਾ ਹੈ, ਇਹ ਜਗ੍ਹਾ ਤਾਂ ਗੁਰੂ ਸਾਹਿਬ ਦੀ ਹੈ। ਇਸ ਗੱਲ ਵਿੱਚ ਜਦੋਂ ਜੱਸਾ ਸਿੰਘ ਅਲੂਵਾਲੀਆ ਨੇ ਵੀ ਹਾਮੀ ਭਰ ਦਿੱਤੀ ਤਾਂ ਸਾਰੇ ਸਹਿਮਤ ਹੋ ਗਏ। ਇਸ ਤੋਂ ਬਾਅਦ ਉਹਨਾਂ ਖਾਲਸੇ ਦੀ ਆਨ ਬਾਨ ਅਤੇ ਸ਼ਾਨ ਸ਼੍ਰੀ ਨਿਸ਼ਾਨ ਸਾਹਿਬ ਨੂੰ ਲਾਲ ਕਿਲੇ 'ਤੇ ਚੁਲਾ ਦਿੱਤਾ। ਹੁਣ ਵਾਰੀ ਸੀ ਬਾਦਸ਼ਾਹ ਦੇ ਤਖ਼ਤ ਦੀ। ਸਿੱਖ ਚਾਹੁੰਦੇ ਸਨ ਕਿ ਕੁਝ ਇਹੋ ਜਿਹਾ ਕੀਤਾ ਜਾਵੇ ਕਿ ਰਹਿੰਦੀ ਦੁਨੀਆ ਤੱਕ ਯਾਦ ਰਵੇ ਕਿ ਸਿੱਖਾਂ ਨੇ ਵੀ ਕਦੀ ਦਿੱਲੀ ਦੇ ਲਾਲ ਕਿਲੇ 'ਤੇ ਧੱਕ ਪਾਈ ਸੀ। ਇਸ ਲਈ ਫਿਰ ਜਿਹੜੇ ਤਖ਼ਤ 'ਤੇ ਬਹਿ ਕੇ ਕਦੀ ਔਰੰਗਜ਼ੇਬ ਫਤਵੇ ਦਿਆ ਕਰਦਾ ਸੀ, ਜਿਹੜੇ ਤਖ਼ਤ 'ਤੇ ਬਹਿ ਕੇ ਫਰਕਸ਼ੀਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਇਆ ਸੀ, ਸਿੱਖਾਂ ਨੇ ਉਸ ਤਖ਼ਤ ਦੀ ਇੱਕ ਵੱਡੀ ਸਿੱਲ ਪੁੱਟ ਕੇ ਘੋੜਿਆਂ ਦੇ ਮਗਰ ਪਾ ਦਿੱਤੀ। ਉਹ ਇਤਿਹਾਸਿਕ ਸਿੱਲ 4 ਵੱਡੀਆਂ ਤੋਪਾਂ ਅਤੇ ਕੁਝ ਹੋਰ ਕੀਮਤੀ ਸਮਾਨ ਗੱਡਿਆਂ 'ਤੇ ਲੱਦ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਅੰਮ੍ਰਿਤਸਰ ਸਾਹਿਬ ਲੈ ਆਏ। ਅੱਜ ਵੀ ਉਹ ਸਿੱਲ ਇੱਥੇ ਰਾਮਗੜੀਆ ਬੁੰਗੇ 'ਚ ਪਈ ਸਿੱਖਾਂ ਦੀ ਦਿੱਲੀ ਫਤਿਹ ਦੀ ਗਵਾਹੀ ਭਰਦੀ ਹੈ। ਇਸ ਦੇ ਕੁਝ ਸਮੇਂ ਬਾਅਦ ਸਰਦਾਰ ਜੱਸਾ ਸਿੰਘ ਅਲੂਵਾਲੀਆ ਵੀ ਆਪਣੀ ਪਲਟਨ ਲੈ ਕੇ ਦਿੱਲੀ ਤੋਂ ਰਵਾਨਾ ਹੋ ਗਏ। ਸ਼ਾਹ ਆਲਮ ਇੱਕ ਗੁਪਤ ਜਗ੍ਹਾ 'ਤੇ ਆਪਣੇ ਮੰਤਰੀਆਂ ਨਾਲ ਇਕੱਠਾ ਹੋ ਕੇ ਕਿਲੇ ਨੂੰ ਵਾਪਸ ਲੈਣ ਲਈ ਸਲਾਹ ਕਰ ਰਿਹਾ ਹੈ। ਤਦ ਇੱਕ ਸਿਆਣੇ ਨੇ ਸਲਾਹ ਦਿੱਤੀ ਕਿ ਲੜਕੇ ਜਾਂ ਧੱਕੇਸ਼ਾਹੀ ਨਾਲ ਤਾਂ ਆਪਾਂ ਸਿੱਖਾਂ ਤੋਂ ਨਹੀਂ ਜਿੱਤ ਸਕਦੇ, ਹਾਂ ਸ਼ਾਂਤੀ ਅਤੇ ਰਾਜੀਨਾਮੇ ਨਾਲ ਜ਼ਰੂਰ ਕੋਈ ਰਾਹ ਕੱਢਿਆ ਜਾ ਸਕਦਾ ਹੈ, ਪਰ ਰਾਜੀਨਾਮਾ ਕਰਾਉਣ ਲਈ ਹਮੇਸ਼ਾ ਇੱਕ ਵਿਚੋਲੀਏ ਦੀ ਲੋੜ ਹੁੰਦੀ ਹੈ ਅਤੇ ਇਹ ਵਿਚੋਲੀਆ ਚੁਣਿਆ ਗਿਆ ਬੇਗਮ ਸਮਰੂ ਨੂੰ, ਜੋ ਕਿ ਸਰਦਾਰ ਬਘੇਲ ਸਿੰਘ ਜੀ ਦੀ ਧਰਮ ਭੈਣ ਬਣੀ ਹੋਈ ਸੀ। ਇਹ ਬੇਗਮ ਸਮਰੂ ਕੌਣ ਸੀ, ਆਓ ਜਾਣਦੇ ਹਾਂ। ਇਹਨਾਂ ਦਾ ਪਹਿਲਾ ਨਾਮ ਫਰਜ਼ਾਨਾ ਬੇਗਮ ਸੀ। ਇਹਨਾਂ ਵਿਆਹ ਇੱਕ ਅੰਗਰੇਜ਼ ਅਫਸਰ ਵਾਲਟਨ ਸਮਰੂ ਨਾਲ ਕਰਵਾਇਆ ਸੀ, ਜੋ ਕਿ ਸਰਦਾਨਾ ਰਿਆਸਤ ਦੇ ਰਾਜੇ ਦਾ ਅਹਿਲਕਾਰ ਸੀ ਅਤੇ ਰਾਜੇ ਦੀ ਮੌਤ ਤੋਂ ਬਾਅਦ ਉਹ ਰਿਆਸਤ ਦਾ ਮਾਲਕ ਬਣ ਗਿਆ ਸੀ। ਆਪਣੇ ਪਤੀ ਦੇ ਨਾਮ 'ਤੇ ਹੀ ਉਸਨੇ ਆਪਣਾ ਨਾਮ ਚੇਂਜ ਕਰਕੇ ਬੇਗਮ ਸਮਰੂ ਕਰ ਲਿਆ ਸੀ। ਸਿੱਖ ਰਾਜ ਦੇ ਸਮੇਂ ਇੱਕ ਦਿਨ ਇਹ ਆਪਣੇ ਪੇਕਿਆਂ ਨੂੰ ਮਿਲਣ ਪਾਲਕੀ 'ਚ ਬੈਠ ਕੇ ਦਿੱਲੀ ਆ ਰਹੀ ਸੀ, ਜਿਸ ਨੂੰ ਮੁਸਲਿਮ ਭੇਸ ਵਾਲੇ ਨੌਕਰਾਂ ਨੇ ਚੁੱਕਿਆ ਹੋਇਆ ਸੀ। ਤਦ ਕੁਝ ਸਿੰਘਾਂ ਦੀ ਨਜ਼ਰ ਇਹਨਾਂ 'ਤੇ ਪਈ। ਉਸ ਸਮੇਂ ਹਿੰਦੂ ਡੋਲੀਆਂ ਨੂੰ ਇਸੇ ਤਰ੍ਹਾਂ ਪਾਲਕੀ 'ਚ ਹੀ ਲਿਜਾਇਆ ਜਾਂਦਾ ਸੀ ਅਤੇ ਸਿੱਖਾਂ ਨੇ ਸੋਚਿਆ ਕਿ ਕਿਤੇ ਮੁਗਲ ਪਠਾਨ ਕਿਸੇ ਹਿੰਦੂ ਬੀਬੀ ਦੀ ਡੋਲੀ ਅਗਵਾ ਕਰਕੇ ਲਿਜਾ ਰਹੇ ਹਨ। ਜਦ ਸਿੱਖਾਂ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਨੌਕਰ ਡੋਲੀ ਛੱਡ ਕੇ ਭੱਜ ਗਏ। ਇਹ ਖਬਰ ਜਦੋਂ ਸਰਦਾਰ ਬਘੇਲ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਹੁਕਮ ਕੀਤਾ ਕਿ ਨੌਕਰਾਂ ਨੂੰ ਲੱਭ ਕੇ ਲਿਆਇਆ ਜਾਵੇ ਅਤੇ 5 ਸਿੱਖ ਘੋੜਸਵਾਰ ਨਾਲ ਜਾਣ ਅਤੇ ਇਸ ਬੀਬੀ ਨੂੰ ਸੁਰੱਖਿਅਤ ਉਹਦੀ ਮੰਜ਼ਿਲ ਤੱਕ ਪਹੁੰਚਾ ਕੇ ਆਉਣ, ਕਿਉਂਕਿ ਬੇਗਮ ਸਮਰੂ ਨੇ ਸ਼ੁਰੂ ਤੋਂ ਹੀ ਮੁਗਲ ਰਾਜ ਵਿੱਚ ਬੀਬੀਆਂ ਨਾਲ ਹੁੰਦੀ ਧੱਕੇਜੋਰੀ ਹੀ ਦੇਖੀ ਸੀ। ਇਸ ਲਈ ਉਹ ਸਿੱਖਾਂ ਦੇ ਇਸ ਉੱਚੇ ਕਿਰਦਾਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਉਸਨੇ ਕਿਹਾ ਕਿ ਮੈਂ ਤੁਹਾਡੇ ਸਰਦਾਰ ਨੂੰ ਮਿਲਣਾ ਚਾਹੁੰਦੀ ਹਾਂ। ਤਦੋਂ 10,000 ਰੁਪਏ ਅਤੇ 10 ਘੋੜੇ ਲੈ ਕੇ ਦਿੱਲੀ ਦਰਬਾਰ ਵਿੱਚ ਗਈ ਅਤੇ ਭੇਟਾ ਕਰਕੇ ਸਰਦਾਰ ਬਘੇਲ ਸਿੰਘ ਜੀ ਦੀ ਧਰਮ ਭੈਣ ਬਣ ਗਈ। ਬੇਗਮ ਸਮਰੂ ਇੱਕ ਲਾਇਕ ਅਤੇ ਰੋਸ਼ਨ ਦਿਮਾਗ ਵਾਲੀ ਔਰਤ ਸੀ। ਉਸਨੇ ਵੋਲਟਨ ਨਾਲ ਰਹਿੰਦਿਆਂ ਅੰਗਰੇਜ਼ੀ, ਫ੍ਰੈਂਚ, ਘੋੜਸਵਾਰੀ, ਰਾਜ ਪ੍ਰਬੰਧ ਸਭ ਕੁਝ ਸਿੱਖ ਲਿਆ ਸੀ।
ਅਤੇ ਕੁਝ ਸਾਲਾਂ ਬਾਅਦ ਜਦੋਂ ਵਲਟਨ ਦੀ ਮੌਤ ਹੋ ਗਈ ਤਾਂ ਰਾਜ ਪ੍ਰਬੰਧ ਦੀ ਬਾਗਡੋਰ ਉਸਦੇ ਹੱਥ ਵਿੱਚ ਆ ਗਈ। ਸਮਰੂ ਬਹੁਤ ਦੂਰ ਦੀ ਸੋਚਦੀ ਸੀ। ਉਸਨੇ ਅੰਦਾਜ਼ਾ ਲਾ ਲਿਆ ਸੀ ਕਿ ਅੰਗਰੇਜ਼ਾਂ ਦਾ ਪ੍ਰਭਾਵ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਅਤੇ ਅੱਗੇ ਚੱਲ ਕੇ ਉਸ ਨੂੰ ਵੀ ਜ਼ਰੂਰ ਤੰਗ ਕਰਨਗੇ। ਇਸ ਲਈ ਫਿਰ ਉਸਨੇ ਮੁਸਲਿਮ ਤੋਂ ਈਸਾਈ ਮਤ ਧਾਰਨ ਕਰ ਲਿਆ ਅਤੇ ਅੰਗਰੇਜ਼ਾਂ ਨਾਲ ਹਮੇਸ਼ਾ ਹੀ ਨਰਮ ਰੁੱਖ ਅਪਣਾ ਕੇ ਰੱਖਿਆ। ਉਸਨੇ ਅੰਗਰੇਜ਼ਾਂ ਦੇ ਕਹਿਣ 'ਤੇ ਕਈ ਚਰਚਾਂ ਦੀ ਉਸਾਰੀ ਵੀ ਕਰਵਾਈ। ਇਸੇ ਨੀਤੀ ਦੇ ਚੱਲਦਿਆਂ ਅੰਗਰੇਜ਼ਾਂ ਨੇ ਕਦੇ ਵੀ ਉਸਨੂੰ ਤੰਗ ਨਹੀਂ ਕੀਤਾ ਅਤੇ ਆਪਣੇ ਮਰਨ ਤੱਕ ਉਸਨੇ ਆਪਣੀ ਰਿਆਸਤ 'ਤੇ ਰਾਜ ਕੀਤਾ। ਸਰਦਾਰ ਬਘੇਲ ਸਿੰਘ ਜੀ ਦੀ ਧਰਮ ਭੈਣ ਹੋਣ ਕਰਕੇ ਸ਼ਾਹ ਆਲਮ ਨੂੰ ਬਸ ਬੇਗਮ ਸਮਰੂ ਤੋਂ ਹੀ ਅੰਤਿਮ ਉਮੀਦ ਸੀ। ਬੇਗਮ ਸਮਰੂ ਰਾਜੀਨਾਮਾ ਕਰਾਉਣ ਲਈ ਸਰਦਾਰ ਬਘੇਲ ਸਿੰਘ ਜੀ ਕੋਲ ਗਈ ਅਤੇ ਕੁਝ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਆਪਣੀਆਂ ਕੁਝ ਸ਼ਰਤਾਂ ਮਨਵਾ ਕੇ ਸਿੱਖ ਦਿੱਲੀ ਵਾਪਸ ਸ਼ਾਹ ਆਲਮ ਨੂੰ ਸੌਂਪਣ ਲਈ ਤਿਆਰ ਹੋ ਗਏ। ਇਹਨਾਂ 'ਚੋਂ ਪਹਿਲੀ ਸ਼ਰਤ ਸੀ ਕਿ ਸਿੱਖਾਂ ਦੇ ਇਤਿਹਾਸਿਕ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਗੁਰੂ ਧਾਮਾਂ ਦੀ ਉਸਾਰੀ ਕਰਵਾਈ ਜਾਊਗੀ। ਰਾਜ ਨੂੰ ਚੁੰਗੀ ਦੇ ਟੈਕਸ ਤੋਂ ਜਿੰਨੀ ਵੀ ਆਮਦਨ ਹੋਊਗੀ ਉਹਦਾ 37% ਯਾਨੀ ਕਿ ਰੁਪਈਏ 'ਚੋਂ 6 ਆਨੇ ਸਿੱਖਾਂ ਨੂੰ ਦਿੱਤਾ ਜਾਊਗਾ ਅਤੇ ਜਿੰਨਾ ਚਿਰ ਗੁਰੂ ਧਾਮਾਂ ਦੀ ਉਸਾਰੀ ਦਾ ਕੰਮ ਪੂਰਾ ਨਹੀਂ ਹੋ ਜਾਂਦਾ 4000 ਸਿੱਖ ਦਿੱਲੀ ਵਿੱਚ ਹੀ ਰਹਿਣਗੇ। ਇਸ ਤੋਂ ਇਲਾਵਾ ਸਿੱਖਾਂ ਨੂੰ ਫਜ਼ੂਲ ਦਿੱਲੀ ਆਉਣ ਦੀ ਖੇਚਲ ਪਾਉਣ ਲਈ ਸ਼ਾਹ ਆਲਮ ਨੂੰ 3 ਲੱਖ ਰੁਪਏ ਜੁਰਮਾਨਾ ਵੀ ਭਰਨਾ ਪਊਗਾ। ਕੁਝ ਇਤਿਹਾਸਕਾਰ ਇਸ ਫੈਸਲੇ ਨੂੰ ਸਿੱਖਾਂ ਦੀ ਬਹੁਤ ਵੱਡੀ ਭੁੱਲ ਦੱਸਦੇ ਹਨ, ਪਰ ਅਸਲ ਵਿੱਚ ਇੱਕ ਸਮਝਦਾਰੀ ਭਰਿਆ ਫੈਸਲਾ ਸੀ। ਦਿੱਲੀ ਦੇ ਰਾਜ ਦਾ ਮਤਲਬ ਸੀ ਕਿ ਪੂਰੇ ਭਾਰਤ ਨੂੰ ਕੰਟਰੋਲ ਕਰਨਾ, ਜਿਸ ਦੇ ਲਈ ਲੱਖਾਂ ਦੀ ਤਾਦਾਦ ਵਿੱਚ ਫੌਜ, ਜਰਨੈਲ ਅਤੇ ਨੀਤੀਵਾਨ ਲੋਕ ਚਾਹੀਦੇ ਸਨ। ਘੱਲੂਘਾਰਿਆਂ ਅਤੇ ਜੰਗਾਂ ਤੋਂ ਬਾਅਦ ਇੰਨੀ ਤਾਂ ਸਿੱਖਾਂ ਦੀ ਟੋਟਲ ਪਾਪੂਲੇਸ਼ਨ ਵੀ ਨਹੀਂ ਬਚੀ ਸੀ। ਇਸੇ ਲਈ ਫਿਰ ਸਿੱਖਾਂ ਨੂੰ ਇਹ ਸਮਝੌਤਾ ਕਰਨਾ ਪਿਆ ਅਤੇ ਹੁਣ ਸ਼ੁਰੂ ਹੋਇਆ ਗੁਰੂ ਘਰਾਂ ਦੀ ਉਸਾਰੀਆਂ ਲਈ ਸਹੀ ਥਾਵਾਂ ਦੀ ਨਿਸ਼ਾਨਦੇਹੀ ਦਾ ਕੰਮ। ਪਰ ਇਹ ਕੰਮ ਵੀ ਇੰਨਾ ਸੌਖਾ ਨਹੀਂ ਸੀ। ਇਸ ਦੇ ਲਈ ਪੂਰੀ ਦਿੱਲੀ ਵਿੱਚ ਐਲਾਨ ਕਰਵਾਇਆ ਗਿਆ ਕਿ ਸਹੀ ਥਾਵਾਂ ਦੱਸਣ ਵਾਲਿਆਂ ਨੂੰ ਭਾਰੀ ਇਨਾਮ ਦਿੱਤੇ ਜਾਣਗੇ। ਅੰਧਾ ਮੁਗਲ ਦੀ ਧਰਤੀ 'ਤੇ ਇੱਕ 125 ਸਾਲ ਦੀ ਬਜ਼ੁਰਗ ਔਰਤ ਸੀ। ਉਸਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਵਾਲੇ ਸਥਾਨ ਦਾ ਪਤਾ ਸੀ। ਉਹ ਬਚਪਨ ਤੋਂ ਹੀ ਇਸਨੂੰ ਦੇਖਦੀ ਆ ਰਹੀ ਸੀ। ਪਹਿਲਾਂ ਉਸਦਾ ਦਾਦਾ ਉੱਥੇ ਜੋਤ ਜਗਾਉਂਦਾ ਸੀ, ਫਿਰ ਉਸਦੀ ਮਾਂ, ਅਤੇ ਫਿਰ ਉਸਨੇ ਆਪ ਪੂਰੀ ਜ਼ਿੰਦਗੀ ਉੱਥੇ ਜੋਤ ਜਗਾਈ ਸੀ। ਉਸ ਬਜ਼ੁਰਗ ਬੀਬੀ ਨੂੰ ਮੰਜੇ 'ਤੇ ਬਿਠਾ ਕੇ ਲਿਆਂਦਾ ਗਿਆ ਅਤੇ ਉਸਦੀ ਨਿਸ਼ਾਨਦੇਹੀ 'ਤੇ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਉਸਾਰਿਆ ਗਿਆ। ਬਾਕੀ ਗੁਰੂ ਧਾਮਾਂ ਦੀ ਜਗ੍ਹਾ ਲੱਭਣ ਵਿੱਚ ਕੋਈ ਖਾਸੀ ਦਿੱਕਤ ਨਹੀਂ ਆਈ, ਕਿਉਂਕਿ ਬੰਗਲਾ ਸਾਹਿਬ ਦੀ ਜਗ੍ਹਾ 'ਤੇ ਤਾਂ ਰਾਜਾ ਮਿਰਜ਼ਾ ਜੈ ਸਿੰਘ ਦਾ ਬੰਗਲਾ ਪਹਿਲਾਂ ਹੀ ਮੌਜੂਦ ਸੀ। ਗੁਰੂ ਨਾਨਕ ਸਾਹਿਬ ਦੇ ਪਿਆਊ ਵਾਲੀ ਥਾਂ 'ਤੇ ਉਹ ਪੁਰਾਣਾ ਖੂਹ ਅਤੇ ਮਜਰੂ ਟੀਲਾ ਪਹਿਲਾਂ ਹੀ ਨਿਸ਼ਾਨਦੇਹੀ ਲਈ ਮੌਜੂਦ ਸਨ। ਪਰ ਸਭ ਤੋਂ ਵੱਧ ਮੁਸ਼ਕਲ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦੀ ਜਗ੍ਹਾ ਲੱਭਣ 'ਤੇ ਆਈ, ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੀ ਹਵੇਲੀ ਨੂੰ ਲਾਂਬੂ ਲਾ ਕੇ 9ਵੇਂ ਪਾਤਸ਼ਾਹ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਸੀ। ਇਹ ਆਵਾਜ਼ ਜਦੋਂ ਇੱਕ ਬੁੱਢੇ ਫਕੀਰ ਦੇ ਕੰਨਾਂ ਵਿੱਚ ਪਈ ਤਾਂ ਉਹ ਆ ਕੇ ਸਰਦਾਰ ਬਘੇਲ ਸਿੰਘ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ ਕਿ ਮੈਨੂੰ ਪਤਾ ਹੈ ਕਿ ਉਹ ਕਿਹੜੀ ਜਗ੍ਹਾ ਹੈ, ਪਰ ਉਹ ਤੁਹਾਨੂੰ ਨਹੀਂ ਮਿਲ ਸਕਦੀ ਕਿਉਂਕਿ ਉੱਥੇ ਹੁਣ ਇੱਕ ਮਸਜਿਦ ਬਣ ਚੁੱਕੀ ਹੈ। ਸਰਦਾਰ ਬਘੇਲ ਸਿੰਘ ਜੀ ਨੇ ਕਿਹਾ ਕਿ ਤੁਹਾਡੀ ਗੱਲ 'ਤੇ ਕਿਵੇਂ ਯਕੀਨ ਕਰ ਲਈਏ। ਫਕੀਰ ਨੇ ਕਿਹਾ ਕਿ ਜਦੋਂ ਤੁਸੀਂ ਉਸ ਮਸਜਿਦ ਦਾ ਫਰਸ਼ ਪੁੱਟੋਗੇ ਤਾਂ ਥੱਲੇ ਉਹ ਗਾਗਰ ਜ਼ਰੂਰ ਨਿਕਲੂਗੀ ਜਿਹਦੇ 'ਚ ਗੁਰੂ ਸਾਹਿਬ ਦੇ ਫੁੱਲ ਅਤੇ ਅਸਥੀਆਂ ਪਾ ਕੇ ਲੱਕੀ ਸ਼ਾਹ ਵਣਜਾਰਾ ਜੀ ਨੇ ਧਰਤੀ ਵਿੱਚ ਦੱਬ ਦਿੱਤੇ ਸਨ। ਹੁਣ ਮਸਜਿਦ ਢਾਹੁਣ ਦਾ ਸਵਾਲ ਸੀ। ਸ਼ਾਹ ਆਲਮ ਨਾਲ ਗੱਲ ਕੀਤੀ ਗਈ ਵੀ ਜੇ ਤਾਂ ਇੱਥੇ ਫਰਸ਼ ਪੁੱਟਣ 'ਤੇ ਗਾਗਰ ਨਿਕਲੀ ਫਿਰ ਤਾਂ ਇੱਥੇ ਅਸੀਂ ਗੁਰਦੁਆਰਾ ਸਾਹਿਬ ਬਣਾਵਾਂਗੇ ਅਤੇ ਜੇ ਇੱਥੇ ਕੁਝ ਵੀ ਨਾ ਨਿਕਲਿਆ ਤਾਂ ਸਿੰਘ ਇੱਥੇ ਪਹਿਲਾਂ ਨਾਲੋਂ ਵੀ ਵੱਡੀ ਅਤੇ ਆਲੀਸ਼ਾਨ ਮਸਜਿਦ ਬਣਾ ਦੇਣਗੇ। ਫਰਸ਼ ਪੁੱਟਿਆ ਗਿਆ, ਗਾਗਰ ਉੱਥੇ ਹੀ ਸੀ, ਇਸ ਲਈ ਫਿਰ ਉਸ ਥਾਂ 'ਤੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦੀ ਉਸਾਰੀ ਕਰਵਾਈ ਗਈ। ਸੋ ਇਹ ਸੀ ਸਿੱਖਾਂ ਦੀ ਮਾਣਯੋਗ ਦਿੱਲੀ ਫਤਿਹ ਅਤੇ ਗੁਰੂ ਘਰਾਂ ਦੀ ਉਸਾਰੀ ਦਾ ਇਤਿਹਾਸ। ਜੇ ਤੁਸੀਂ ਸੱਚਮੁੱਚ ਆਪਣੇ ਧਰਮ ਨਾਲ ਪਿਆਰ ਕਰਦੇ ਹੋ ਅਤੇ ਆਪਣੇ ਇਤਿਹਾਸ ਨੂੰ ਸਾਂਭਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਸਰਕਾਰਾਂ ਤਾਂ ਇਹ ਇਤਿਹਾਸ ਕਦੇ ਵੀ ਸਕੂਲ ਦੀਆਂ ਕਿਤਾਬਾਂ ਵਿੱਚ ਐਡ ਨਹੀਂ ਕਰਨਗੀਆਂ। ਇਸ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਤਾਂ ਹੁਣ ਸਾਨੂੰ ਹੀ ਲੈਣੀ ਪਊਗੀ। ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਡੇਲੀ ਦਾ ਸਿੱਖ ਇਤਿਹਾਸ ਜਾਣਨ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਵੀ ਕਰ ਸਕਦੇ ਹੋ ਅਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।